ਸ਼ੁਰੂ ਹੋ ਚੁੱਕਾ ਜੀ ਹੁਰਮ ਚੁਕਵਾ ਲੈ ਲੈਵਨ ਕਾ ਔਰ ਵਸੀਮ ਲੈਫਟੀ ਦਾ ਵਾਲੀ ਆਨ ਫਾਇਰ ਕਿਆ ਕਮਾਲ ਕਾ ਸ਼ਾਟ ਖੇਲਾ ਹੈ ਹਸਨ ਬੱਟ ਕੋ ਸ਼ਾਟ ਖੇਲਾ ਹੈ 6 ਰਨਸ ਕੇ ਲੀਏ ਬਾਉਂਡਰੀ ਲਾਈਨ ਕੇ ਬਾਹਰ ਟੀਐਮ ਸਪੋਰਟਸ ਕਾ ਬੈਟ ਹੈ ਇਨਕੇ ਹਾਥੋਂ ਮੇ ਫਿਰ ਸ਼ਾਟ ਖੇਲਾ ਹੈ ਦਿਸ ਇਜ਼ ਵਸੀਮ ਲੈਫਟੀ ਫਰਾਮ ਰਾਵਾਲੀ ਦੋ ਬਾਲੂ ਪਰ ਦੋ ਛੱਕੇ ਲਗਾਤਾਰ ਲਗਾ ਦੀਏ ਹੈ ਕਿਸ ਕੋ ਲਗਾ ਦੀਏ ਹਸਨ ਬੱਟ ਫਰਾਮ ਜੇਪੀਐਸ ਕੋ ਆ ਚੁੱਕੇ ਹੈ ਮਿਰਜ਼ਾ ਤੈਮੂਰ ਕਾ ਬੈਟ ਹੈ ਇਨਕੇ ਹਾਥੋਂ ਮੇ ਔਰ ਇਸ ਦਫਾ ਸ਼ਾਟ ਖੇਲਾ ਹੈ ਫੀਲਡਰ ਹੈ ਬਾਲ ਕੇ ਨੀਚੇ ਯਹਾਂ ਪਰ ਕੈਚ ਡ੍ਰਾਪ ਜੀ ਸਾਹਮਣੇ ਹੈ ਅਲੀ ਗੁੱਜਰ ਫਰਾਮ ਗੁਜਰਾਂਵਾਲਾ ਜੀ ਅਲੀ ਗੁੱਜਰ ਸ਼ਾਟ ਖੇਲਾ ਹੈ ਔਰ ਡਿਊ ਫੈਕਟਰ ਹੈ ਯਹਾਂ ਪਰ ਕਾਫੀ ਕਿਉਂਕਿ ਗਰਾਊਂਡ ਮੇ ਡਿਊ ਬਹੁਤ ਜ਼ਿਆਦਾ ਹੈ ਤੋ ਅਲੀ ਗੁੱਜਰ ਨੇ ਯਹਾਂ ਪਰ ਲਗਾ ਦੀਆ ਹੈ 1 ਬਾਉਂਸ 4 ਰਨ ਇੱਕ ਚੌਕਾ ਫਿਰ ਸ਼ਾਟ ਖੇਲਾ ਹੈ ਔਰ ਇਹ ਬਾਲ ਵੀ ਜਾਏਗਾ ਬਾਉਂਡਰੀ ਲਾਈਨ ਕੇ ਬਾਹਰ ਏਕ ਹੀ ਓਵਰ ਮੇ ਹਸਨ ਬੱਟ ਕੋ 3 ਛੱਕੇ ਔਰ 1 ਚੌਕਾ ਲਗਾ ਦਿਆ ਫਾਇਰ ਮਿਰਜ਼ਾ ਤੈਮੂਰ ਕਾ ਬੈਟ ਹੈ ਇਨਕੇ ਹਾਥੋਂ ਮੇ ਪਹਿਲੇ ਓਵਰ ਮੇ 2 ਛੱਕੇ ਲਗਾਏ ਅਬ ਦੇਖਤੇ ਹੈਂ ਕੀ ਕਿਆ ਹੋਤਾ ਹੈ ਔਰ ਬਿਲਕੁਲ ਜਨਾਬ ਵਾਈਟ ਬਾਲ ਕਾ ਇਸ਼ਾਰਾ ਆਏਗਾ ਯਹਾਂ ਪਰ ਇਲਮਾਨ ਸਟੇਡੀਅਮ ਪਰ ਖੜੇ ਹੈ ਜੀ ਔਰ ਬਿਲਕੁਲ ਜਨਾਬ ਬਾਲ ਡਾਟ ਕਰਨ ਮੇ ਕਾਮਯਾਬ ਸਨੀ ਸੁੰਦਰ ਦੁਲਮ ਵਾਲਾ ਗੁਜਰਾਤ ਔਰ ਟੀਮ ਲੈਫਟੀ ਫਰਾਮ ਰਾਵ ਵਾਲੀ ਜੀ ਦੂਸਰੇ ਓਵਰ ਕਾ ਖੇਲ ਜਾ ਰਹੀ ਹੈ ਔਰ ਸ਼ਾਟ ਖੇਲਾ ਹੈ ਫਿਲਡਰ ਵਹਾਂ ਪਰ ਮੌਜੂਦ ਹੈ ਰਨ ਬਨੇਗਾ ਸਿਰਫ ਯਹਾਂ ਪਰ ਏਕ ਜੀ ਦੁਬਾਰਾ ਸੇ ਸਾਹਮਣਾ ਕਰੇਂਗੇ ਜਨਾਬ ਅਲੀ ਗੁੱਜਰ ਫਰਾਮ ਗੁਜਰਾਂਵਾਲਾ ਜੀ ਔਰ ਦਿਸ ਇਜ਼ ਅਲੀ ਗੁੱਜਰ ਫਰਾਮ ਗੁਜਰਾਂਵਾਲਾ ਵਾਟ ਅ ਸ਼ਾਟ ਦਿਸ ਇਜ਼ ਰੀਅਲੀ ਜੋ ਤਾਰਕ ਭਾਈ ਬਹੁਤ ਸ਼ੁਕਰੀਆ ਥੈਂਕ ਯੂ ਚੋਰੀ ਬਿਲਾਵਲ ਭਾਈ ਬਹੁਤ ਸ਼ੁਕਰੀਆ ਥੈਂਕ ਯੂ ਜੀ ਫਿਰ ਸ਼ਾਟ ਖੇਲਾ ਹੈ ਬਾਲ ਹਵਾ ਮੇ ਹੈ ਫੀਲਡਰ ਬਾਲ ਕੇ ਨੀਚੇ ਹੈ ਲੇਕਿਨ ਇਹ ਬਾਲ ਜਾਏਗਾ ਬਾਉਂਡਰੀ ਲਾਈਨ ਕੇ ਬਾਹਰ ਦੋ ਬਾਲੂ ਪਰ ਦੋ ਛੱਕੇ ਲਗਾਤਾਰ ਦਿਸ ਇਜ਼ ਅਲੀ ਗੁੱਜਰ ਫਰਾਮ ਗੁਜਰਾਂਵਾਲਾ ਆਊਟਸਟੈਂਡਿੰਗ ਬੈਟਿੰਗ 6 ਨੰਬਰ 3 ਸਪੋਰਟ ਦੋਦੋਰੀਆ ਮੇ ਖੇਲ ਰਹੇ ਹਾਂ ਜੀ ਔਰ ਬੋਲਡ ਕਰ ਦਿਆ ਯਹਾਂ ਪਰ ਬਿਲਕੁਲ ਸਿੱਧਾ ਬਾਲ ਤਾਂ ਹਸਨ ਬੱਟ ਕਾ ਲੇਕਿਨ ਉਸ ਕੋ ਖੇਲਾ ਚਾਹਤੇ ਥੇ ਮਿਡ ਵਿਕਟ ਕੇ ਉੱਪਰ ਸੇ ਲੇਕਿਨ ਯਹਾਂ ਪਰ ਬਾਲ ਜਾ ਕੇ ਲਗਾ ਸਿੱਧਾ ਸਟੰਪ ਕੋ ਕਵਰ ਕਾ ਆਖਰੀ ਬਾਲ ਜੀ ਸਾਹਮਣੇ ਹੈ ਸਦਰ ਅਲੀ ਔਰ ਦਿਸ ਇਜ਼ ਸਦਰ ਅਲੀ ਆਊਟਸਟੈਂਡਿੰਗ ਬੈਟਿੰਗ ਬਾਏ ਸਦਰ ਅਲੀ ਕ੍ਰਿਸ ਗੇਲ ਕਾ ਨੰਬਰ ਹੈ ਸਨੀ ਸੁੰਦਰ ਬਾਲਿੰਗ ਕਰਨਗੇ ਸਾਹਮਣੇ ਹੈ ਵਸੀਮ ਲੈਫਟੀ ਫਰਾਮ ਰਾਵਾਲੀ ਔਰ ਪਹਿਲਾ ਬਾਲ ਡਾਟ ਕਰਨ ਮੇ ਕਾਮਯਾਬ ਦੂਸਰਾ ਓਵਰ ਹੈ ਭਾਈ ਜਾਨ ਐਕਸੀਲੈਂਟ ਬਾਲਿੰਗ ਦਿਸ ਇਜ਼ ਸਨੀ ਸੁੰਦਰ ਦੋ ਬਾਲ ਲਗਾਤਾਰ ਡਾਟ ਕੀ ਹੈ ਵਸੀਮ ਲੈਫਟੀ ਫਰਾਮ ਰਾਵਾਲੀ ਪਰ ਬਹੁਤ ਸ਼ੁਕਰੀਆ ਵਸੀਮ ਲੈਫਟੀ ਫਰਾਮ ਰਾਵਾਲੀ ਦੋ ਬਾਲ ਲਗਾਤਾਰ ਡਾਟ ਕੇ ਸਨੀ ਸੁੰਦਰ ਨੇ ਔਰ ਇਸ ਤੋਂ ਬਾਅਦ ਸ਼ਾਟ ਖੇਲਾ ਹੈ 6 ਨੰਬਰ 3 ਤੀਸਰਾ ਛੱਕਾ ਲਗਾਉਣ ਮੇ ਕਾਮਯਾਬ ਵਸੀਮ ਲੈਫਟੀ ਫਰਾਮ ਰਾਵਾਲੀ ਔਰ ਸ਼ਾਟ ਖੇਲਾ ਹੈ ਦਿਸ ਇਜ਼ ਸਦਰ ਅਲੀ 6 ਨੰਬਰ 2 ਐਬਸੋਲੂਟਲੀ ਬ੍ਰਿਲੀਅੰਟ ਬੈਟਿੰਗ ਬਾਏ ਸਦਰ ਅਲੀ ਫਿਰ ਸ਼ਾਟ ਖੇਲਾ ਹੈ ਸਦਰ ਅਲੀ ਆਨ ਫਾਇਰ 6 ਨੰਬਰ 4 ਜੀ ਚੌਥਾ ਛੱਕਾ ਲਗਾਉਣ ਮੇ ਕਾਮਯਾਬ ਸਦਰ ਅਲੀ ਕਿਆ ਕਮਾਲ ਕੀ ਬੱਲੇਬਾਜ਼ੀ ਸੱਬਾ ਪਰ ਚਗੋੜੀ ਬਿਲੋਵਾਲ ਸਾਹਮਣੇ ਹੈ ਵਸੀਮ ਲੈਫਟੀ ਔਰ ਸ਼ਾਟ ਖੇਲ ਦਿਆ ਯਹਾਂ ਪਰ 6 ਨੰਬਰ 4 ਚੌਥਾ ਛੱਕਾ ਲਗਾਉਣ ਮੇ ਕਾਮਯਾਬ ਵਸੀਮ ਲੈਫਟੀ ਫਰਾਮ ਰਾਵਾਲੀ ਸਾਲਾ ਬਿਲਕੁਲ ਚੌਥਾ ਛੱਕਾ ਲਗਾਉਣ ਮੇ ਕਾਮਯਾਬ ਵਸੀਮ ਲੈਫਟੀ ਫਿਰ ਸ਼ਾਟ ਖੇਲਾ ਹੈ 6 ਨੰਬਰ 5 ਪੰਜਵਾਂ ਛੱਕਾ ਲਗਾਉਣ ਮੇ ਕਾਮਯਾਬ ਵਸੀਮ ਲੈਫਟੀ ਫਰਾਮ ਰਾਵਾਲੀ ਆਪ ਹਮੇ ਸਰਚ ਕਰਕੇ ਫਾਲੋ ਕਰ ਸਕਦੇ ਹਾਂ ਜੀ ਫਿਰ ਸ਼ਾਟ ਖੇਲਾ ਹੈ ਦਿਸ ਇਜ਼ ਵਸੀਮ ਲੈਫਟੀ ਫਰਾਮ ਰਾਵਾਲੀ 6 ਨੰਬਰ 7 ਕੇ 6 ਵਸੀਮ ਲੈਫਟੀ ਛੱਕੇ ਲਗਾਉਣਾ ਕੰਮ ਹੈ ਮੇਰਾ ਔਰ ਦਿਸ ਇਜ਼ ਵਸੀਮ ਲੈਫਟੀ 6 ਨੰਬਰ 7 7 ਛੱਕੇ ਲਗਾ ਦੀ ਹੈ ਵਸੀਮ ਲੈਫਟੀ ਨੇ ਪੇਰੋਸ਼ਾ ਕੇ ਕਪਤਾਨ ਬਹੁਤ ਅੱਛਾ ਇਨਸਾਨ ਨੰਬਰ 5 ਫਰਾਮ ਦਾ ਬੈਟ ਆਫ ਵਸੀਮ ਲੈਫਟੀ ਓ ਜਨਾਬ ਵੀਡੀਓ ਕਾ ਸ਼ੇਅਰ ਕਰੇ ਆਖਰੀ ਓਵਰ ਦਾਊਦ ਲੈਫਟੀ ਟੂ ਸਦਰ ਅਲੀ ਮਾਰ ਨੰਬਰ 4 ਸਦਰ ਅਲੀ ਕਾ ਚੌਥਾ ਛੱਕਾ ਪਾਣੀ ਕਰਨਗੇ ਸਦਰ ਅਲੀ ਬਿਲਕੁਲ ਤਿਆਰ ਹੈ ਔਰ 6 ਨੰਬਰ 5 ਪੰਜਵਾਂ ਛੱਕਾ ਲਗਾਉਣ ਮੇ ਕਾਮਯਾਬ ਸਦਰ ਅਲੀ ਯੂ ਕੈਨ ਡੂ ਇਟ ਕਿਆ ਕਮਾਲ ਕੀ ਬੱਲੇਬਾਜ਼ੀ ਹੈ ਸਦਰ ਅਲੀ ਕੇ 5 ਛੱਕੇ ਔਰ ਇਸ ਦਫਾ ਬਿਲਕੁਲ ਜਨਾਬ ਕੋਰਟ ਬਿਹਾਈਂਡ ਆਊਟ ਯਹਾਂ ਪਰ ਸਦਰ ਅਲੀ ਹੋ ਚੁੱਕੇ ਹੈ ਜੀ ਆਊਟ ਹੋ ਚੁੱਕੇ ਹੈ ਜੀ ਪਿਛਲੇ ਲੀਗ ਕੇ ਬੈਸਟ ਬੈਟਸਮੈਨ ਸਦਰ ਅਲੀ ਬਿਲਕੁਲ ਪਦਨਾ ਚੌਧਰੀ ਬਾਈ ਐਕਸੀਲੈਂਟ ਬਾਲਿੰਗ ਜੀ ਲੀਜੀਏ ਜਨਾਬ ਪਹਿਲੀ ਇਨਿੰਗਸ ਦਾ ਖੇਲ ਮੁਕੰਮਲ ਜੀ ਪਹਿਲੀ ਇਨਿੰਗਸ ਦਾ ਖੇਲ ਮੁਕੰਮਲ ਹੁਰਮ ਚਕਵਾਲ ਬਿਲਕੁਲ ਸਾਹਮਣੇ ਹੈ ਸਟ੍ਰਾਈਕ ਪਰ ਮੌਜੂਦ ਹੈ ਔਰ ਦੇਖਤੇ ਹੈ ਜਨਾਬ ਰਹੀਲ ਇਮਤਿਆਜ਼ ਬਾਲਿੰਗ ਕਰੇਂਗੇ ਹੁਰਮ ਚਕਵਾਲ ਪਹਿਲਾ ਬਾਲ ਫੇਸ ਕਰੇਂਗੇ ਜੇਪੀਐਸ ਸੁਪਰ ਲੀਗ ਕਾ ਔਰ ਬਿਲਕੁਲ ਜਨਾਬ ਯਹਾਂ ਪਰ ਹੋ ਗਈ ਪਹਿਲਾ ਬਾਲ ਵਾਈਟ ਸਰਚ ਕਰ ਸਕਦੇ ਹਾਂ ਜੋ ਵਸੀਮ ਅਕਰਮ ਕੇ ਕਮੈਨ ਨੇ ਆਈ ਡੀ ਸੇ ਕਮੈਨ ਕੀਆ ਹੈ ਔਰ ਜਾਏਗਾ ਬਾਲ ਫਾਈਨਲ ਕੀ ਜਾਨਬ ਰਨ ਬਨੇਗਾ ਸਿਰਫ ਯਹਾਂ ਪਰ ਏਕ ਜੀ ਓ ਯਾਰ
2600 लोग जनाब। और पहला छक्का लगाने में कामयाब शाने पाकिस्तान दा प्राउड पाकिस्तान। इस दफा लंबा छक्का, इस रात का सबसे बड़ा छक्का हुरम चकवाल के बल्ले के साथ। प्रोफाइल ब्रांड में शुमार होता है हुरम चकवाल भाई का। फिर शॉट खेला है, सिक्स नंबर थ्री। दिस इज कैसी हुरम चकवाल तीन छक्के लगाने में कामयाब जी। हुरम चकवाल सिक्स नंबर फोर। दिस इज कैसी, क्या कमाल का शॉट खेला जनाब। कितना मैच हुआ सर में, दूसरा मैच है जी। अब बॉल केसी ब्लैक कोबरा बैट इनके हाथों में। हुरम चकवाल शॉट खेला है, देखना पड़ेगा। वन बॉल फोर रन्स, तीन छक्के एक चौका लगाने में कामयाब जी हुरम चकवाल। ओ दिस इज हुरम चकवाल, हुरम चकवाल नाम है मेरा, हुरम चकवाल नाम है मेरा। छक्के लगाना काम है मेरा, क्योंकि हुरम चकवाल नाम है मेरा। हुरम चकवाल सिक्स नंबर फाइव। और शॉट खेला है, एक्स्ट्रा कवर की जाना है, फील्डर वहां पर मौजूद है। रन बनेगा इस दफा सिर्फ एक जी। रन बनेगा सिर्फ एक। और सिक्स नंबर सिक्स, दिस इज हुरम चकवाल। हुरम चकवाल ऑन फायर, व्हाट अ शॉट दिस इज। रे बिल्कुल ग्रीन है हुरम चकवाल। ऑन फायर, छह छक्के एक चौका लगाने में कामयाब। और शॉट के लेफ्ट हैंड मैन की जानिब गैप शॉट है, बॉल जा रहा है पॉइंटर की तरफ, चार रन के लिए। हुरम चकवाल छह छक्के दो चौके जी। जबरदस्त मैच जारी, आसन चिट्टा अभी तक कोई भी परेशान नहीं खेला। ओ दिस इज आसन चिट्टा हेलीकॉप्टर शॉट, क्या कमाल का कहना जनाब, क्या कमाल की बल्लेबाजी, बिल्कुल जारी है, लाजमी करना जी। शुक्रिया जी। ओ दिस इज क्लास, क्लास ऑफ पाकिस्तान। हुरम चकवाल ऑन फायर, सिक्स नंबर सेवन, 50 कम्स अप। इसको आपने फॉलो लाजमी करना है, टिकटॉक में सर्च करके स्क्रीनशॉट ले लें जी आप। और अली गुजर फ्राम गुजरा वाला अंपायर की जनाब से वाइड बॉल का इशारा। चलता हूं असन चिट्टा फ्राम लाहौर, अली गुजर करेंगे बॉल। ओ दिस इज असन चिट्टा, क्या कमाल का शॉट खेला है यहाँ पर, एब्सोल्युटली ब्रिलियंट बैटिंग बाय असन चिट्टा फ्राम लाहौर। ये आपने हमें फॉलो लाजमी करना है टिकटॉक पे, ये ईमेल मैंने आपको सेंड करी उसी में क्रम आई डी से। और शॉट खेल दिया है छह रन के लिए, सिक्स नंबर थ्री बाय असन चिट्टा फ्राम लाहौर जी। शॉट खेला है, फील्डर बॉल के नीचे, चार रन यहाँ पर हो गया जी। आसन चिट्टा लाहौर ऑन फायर जी। बंटू भाई अभी बैटिंग पर नहीं आए जी। शॉट खेला है, बॉल हवा में है, फील्डर बॉल के नीचे, और फिर कैच ड्रॉप यहाँ पर, रन बनेंगे दो जी। तीन रन तेजी के साथ मुकम्मल जी। और स्ट्राइक जी, और सिक्स नंबर एट, देश से सोनम चकवाल। और आसन चिट्टा फ्रॉम लाहौर, सिक्स नंबर फोर आसन चिट्टा। दस गेंदे 16 स्कोर जी। और आसन चिट्टा सिक्स नंबर फाइव, आसन चिट्टा सिक्स नंबर फाइव जी। 10 रन सिर्फ। चार रन हो गया यहाँ पर जी, आगे हैं पांच छक्के आसन चिट्टा ने और आठ छक्के हुरम चकवाल ने लगाए हैं जी। अब 30 छक्के मुकम्मल। और यहाँ पर जीत लिया जी मैच, मैच विन कर गया जेपीएस स्टार की टीम। छह छक्के लगा दिया आसन चिट्टा ने, आठ बॉल पहले ही मैच जो है उसका स्कोर पूरा कर दिया।